ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਵੀਰ ਪ੍ਰਭ ਦੇ ਕੋਲ ਆਏ ਹਾਂ ਦੋਸਤੋ। ਅਤੇ ਪਸ਼ੂ ਵਪਾਰ ਦਾ ਕੰਮ ਆ ਬੇਸ਼ੱਕ ਦੋਸਤੋ। ਇਸ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ, ਪਸ਼ੂ ਤੁਹਾਨੂੰ ਇਸ ਘਰੋਂ ਦਿਖਾਈਦੇ ਆ ਨਵੇਂ ਨਵੇਂ। ਅਤੇ ਅੱਜ ਇਸ ਕਵਰੇਜ ਵਿੱਚ ਦੋਸਤੋ ਚਾਰ ਐਨੀਮਲ ਜਿਹੜੇ ਆ, ਚਾਰ ਪਸ਼ੂ ਤੁਹਾਨੂੰ ਦਿਖਾਉਣੇ ਆ। ਦੋ ਮੱਝਾਂ ਝੋਟੀਆਂ ਨੇ ਅਤੇ ਦੋ ਹੀ ਵਿਹੜਾਂ ਨੇ, ਠੀਕ ਹੈ ਜੀ। ਅਤੇ ਇੱਕ ਬਿਲਕੁਲ ਝੋਟੀ ਜਿਹੜੀ ਆ, ਬਿਲਕੁਲ ਦੂਜਾ ਸੂਆ ਸੋਣੀ ਹੈ, ਇਹ ਗੱਬਣਾ। ਬਾਕੀ ਜਿੰਨੇ ਪਸ਼ੂ ਹੋਣਗੇ, ਤਿੰਨ ਅਤੇ ਤਿੰਨ ਪਸ਼ੂ, ਸਾਰੇ ਸੂਏ ਸੁਆਏ ਨੇ, ਤਾਜ਼ੇ ਆ। ਪੂਰੀ ਡਿਟੇਲ ਆਪਾਂ ਵੀਰ ਪ੍ਰਭ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਅੱਜ 20 ਨਵੰਬਰ ਨੂੰ ਦੋਸਤੋ ਇਹ ਆਪਾਂ ਕਵਰੇਜ ਕਰਦੇ ਹਾਂ। ਟਾਈਮ ਤੁਸੀਂ ਕੋਈ ਵੀਰ ਨੋਟ ਕਰ ਸਕਦੇ ਹੋ, ਕੋਈ 12:30 ਵਜੇ ਦਾ ਜਿਹੜਾ ਸਮਾਂ ਹੈਗਾ। ਆਓ ਲੈਂਦੇ ਹਾਂ ਜਾਣਕਾਰੀ ਵੀਰ ਪ੍ਰਭ ਤੋਂ, ਪੁੱਛਦੇ ਹਾਂ ਕੀ ਡਿਟੇਲ, ਕੀ ਇਨਫੋਰਮੇਸ਼ਨ ਅੱਜ ਇਹਨਾਂ ਪਸ਼ੂਆਂ ਦੀ। ਸਭ ਤੋਂ ਪਹਿਲਾਂ ਵੀਰ ਪ੍ਰਭ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਠੀਕ ਠਾਕ ਮਹਾਰਾਜ? ਵਧੀਆ ਵਧੀਆ, ਤੁਸੀਂ ਸੁਣਾਓ? ਬਹੁਤ ਵਧੀਆ, ਚੰਗੇ ਠੀਕ ਠਾਕ ਜੀ। ਹਾਂਜੀ, ਅੱਛਾ ਵੀਰੇ ਪ੍ਰਭ, ਪਸ਼ੂ ਆਉਂਦੇ ਜਾਂਦੇ ਰਹਿੰਦੇ ਆ, ਵਿਕ ਬੁੱਕ ਜਾਂਦੇ ਆ? ਹਾਂਜੀ ਹਾਂਜੀ, ਵਿਕ ਜਾਂਦੇ, ਕਿਰਪਾ ਬਾਬੇ ਦੀ। ਚਲੋ ਜੀ। ਹਾਂਜੀ ਹਾਂਜੀ। ਅਤੇ ਅੱਜ ਫਿਲਹਾਲ ਚਾਰ ਨਾਗ ਨੇ ਆਪਣੇ? ਚਾਰ ਨਾਗ ਅੱਜ, ਅਤੇ ਇੱਕ ਗੱਬਣ ਆ, ਬਾਕੀ ਸਾਰੇ ਸੋਏ ਆ। ਹਾਂਜੀ, ਇੱਕ ਗੱਬਣ ਝੋਟੀ ਅਤੇ ਬਾਕੀ ਸੋਇਆ ਮਾਲ। ਠੀਕ ਹੈ ਜੀ। ਹਾਂਜੀ, ਚੰਗੇ ਆ ਪਸ਼ੂ ਐਂ ਪੂਰੇ? ਚੜ੍ਹਦੇ ਤਾਂ ਚੜ੍ਹਦੇ ਹੀ ਆ ਇਹਦੇ। ਹਾਂ, ਗੱਲਾਂ ਹੀ ਗਾਂਹ ਦੀਆਂ? ਗੱਲਾਂ ਹੀ ਗਾਂਹ ਦੀਆਂ। ਅਤੇ ਪ੍ਰਭ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਵੀਰ ਕਰ ਲਈਏ, ਇੱਕ ਜਿਹੜੀ ਆਪਣੇ ਕੋਲ ਝੋਟੀ ਆ, ਗੱਬਣ ਤੋਂ ਸਟਾਰਟ ਕਰ ਲਈਏ। ਹਾਂਜੀ ਹਾਂਜੀ। ਅੱਛਾ ਵੀਰ ਜੀ, ਗੱਬਣ ਦਾ ਕੀ ਵੇਰਵਾ ਫੁੱਲ? ਆ ਦੂਜੇ ਸੂਗੇ ਮੂੰਹ ਛਿੱਗੀ ਝੋਟੀ। ਠੀਕ ਆ ਜੀ। ਹਾਂਜੀ ਹਾਂਜੀ, ਮੂੰਹ 6 ਦੰਦ। ਹਾਂਜੀ, M29 ਦੀ ਆ ਇਹ ਆਪ। ਹਾਂਜੀ ਹਾਂਜੀ, ਆ ਬਾਕੀ ਸਾਰੇ ਇੱਕ ਰੰਗ ਕਾਲੀ ਆ, ਪੂਛ ਹੀ ਚਿੱਟੀ ਹੈ। ਬਾਕੀ ਸਾਰੀ ਇੱਕ ਰੰਗ ਕਾਲੀ ਇਹ ਆਪ M29 ਦੀ ਹੈ। ਹਾਂਜੀ ਹਾਂਜੀ, ਠੀਕ ਹੈ। ਪਿੱਛੋਂ ਰਿਕਾਰਡ ਪੁੱਛਿਆ ਫਿਰ? ਹਾਂਜੀ ਹਾਂਜੀ, ਪੂਰਾ ਰਿਕਾਰਡ ਪਤਾ ਕੀਤਾ। ਲਓ ਜੀ, M29 ਦੀ ਵੀਰ ਪ੍ਰਭ ਦੱਸ ਰਿਹਾ ਵੀ M29 ਦੀ ਇਹ ਆਪ। ਨਿੱਕਾ ਸਿੰਘ, ਠੀਕ ਆ। ਅਤੇ ਸਿੰਘਾਂ ਸੁੰਘਾਂ ਦੀ ਤੁਸੀਂ ਆਪ ਦੇਖ ਲਓ, ਠੀਕ ਆ। ਆਹ ਕਰੋ ਚੈੱਕ, ਫੇਸ ਕੁਆਲਿਟੀ ਦੇਖ ਸਕਦੇ ਜੀ। ਮੂੰਹ ਮੱਥਾ ਬਿਲਕੁਲ, ਮੱਥਾ ਜੈੱਡ ਬਲੈਕ, ਪੂਰੀ ਸ਼ਾਹੀ ਸ਼ੂਹੀ ਪੂਰੀ ਆ, ਠੀਕ ਆ। ਐਂ ਜਾਮਨੂੰ ਵਰਗੀ ਝੋਟੀ ਦੀ। ਅਤੇ ਦਿਨ ਕਿੰਨੇ ਕੁ ਕਰ ਜੂਗਾ ਜੀ? ਦਿਨ ਅਜੇ ਇਹਦੇ ਗੂੰਦ ਹੀ ਉਹਦੀ, ਦਿਨ 4-5 ਪਏ ਮੇਰੇ ਹਿਸਾਬ ਨਾਲ। ਦਿਨ ਲੈ ਜੇ, ਹਫ਼ਤਾ ਖੰਡ ਲੈ ਜੇ, ਚੰਗੀ ਖੁੱਲ ਜੂ ਥੱਲਿਓ ਬਣ ਕੇ। ਲੈ ਜੂ ਹਫ਼ਤੇ ਤੋਂ? ਹਾਂਜੀ ਹਾਂਜੀ, ਹਫ਼ਤਾ ਲੈ ਜਾਓ, ਜੇ ਪਤਾ ਨਹੀਂ ਸੁਣਦਾ ਝੋਟੀ ਨੂੰ। ਹਫ਼ਤਾ ਖੰਡ ਦੋਸਤੋ ਸਮਾਂ ਹਜੇ ਲੈ ਜੂਗੀ, ਠੀਕ ਆ। ਕਰਤੂਰ ਦੀ ਮਾਲਕਣ ਕੋਈ ਇਸ ਤਰ੍ਹਾਂ ਨਹੀਂ ਸੁਣਦੀ, ਇੰਨੀ ਕਿਰਾਏ ਨਹੀਂ ਸੁਣਦੀ, ਪੂਰੀ ਬਣ ਕੇ ਸੂਗੀ। ਠੀਕ ਹੈ ਜੀ। ਹਾਂਜੀ ਹਾਂਜੀ। ਲਓ ਜੀ, ਬਾਕੀ ਮੂੰਹ ਮੱਥੇ ਦੀ ਫੇਸ ਕੁਆਲਿਟੀ ਤੁਸੀਂ ਦੋਸਤੋ ਦੇਖ ਲਈ ਆ, ਸਿੰਗੀ ਸੁੰਗੀ ਸੋਹਣੀ ਆ, ਸ਼ਕੀਨੀ ਵਾਲੇ ਪਾਸੇ ਸਿੰਗਾ ਸੁੰਗਾ ਦੀ ਬੜੀ ਆ, ਠੀਕ ਆ। ਆਹ ਦੇਖੋ, ਠੀਕ ਆ, ਠੰਡੀ ਧੀਰੀ ਆ, ਜਿੱਧਰ ਮਰਜ਼ੀ ਬਹਿ ਜਾਓ, ਠੀਕ ਆ ਜੀ। ਹਾਂਜੀ ਹਾਂਜੀ, ਲੈ ਵੀ ਪ੍ਰਭ ਵੀਰ ਖੋਲ੍ਹ ਕੇ ਦਿਖਾ ਦੇ ਤੋਰ ਕੇ। ਅਤੇ ਹਾਈਟ ਕੱਦ ਦੋਸਤੋ ਨੋਰਮਲ ਮੀਡੀਅਮ, ਤੁਸੀਂ ਬੇਸ਼ੱਕ ਹਾਈਟ ਕੱਦ ਮੰਨ ਲਿਓ, ਠੀਕ ਆ। ਨੋਰਮਲ ਜਿੰਨੀਆਂ ਆਪਾਂ ਮੱਝਾਂ ਜ਼ਿਆਦਾਤਰ ਦੇਖਦੇ ਹਾਂ ਇਸੇ ਕੱਦ ਕਾਠ ਦੇ ਵਿੱਚ ਹੀ ਦੇਖਦੇ ਹਾਂ, ਠੀਕ ਆ। ਅਤੇ ਠੰਡੀ ਧੀਰੀ ਆ, ਸੀਲ ਸਲੱਗ ਪੂਰੀ ਆ, ਬਾਕੀ ਤੋਰ ਕੇ ਤੁਹਾਨੂੰ ਜਿਹੜਾ ਲੰਮਾ ਇੱਕ ਵਾਰੀ ਤੋਰ ਕੇ ਦਿਖਾ ਦਿੰਦੇ ਹਾਂ। ਆਹ ਕਰਿਓ ਚੈੱਕ, ਅਜੇ ਢਿੱਲ ਢੁੱਲ ਕਾਫੀ ਹੈ ਨਾ। ਹਾਂਜੀ ਹਾਂਜੀ, ਅਤੇ ਜਿੰਨੇ ਦੋਸਤੋ ਦੇਣ ਪਸ਼ੂ ਲੈ ਜੇ ਉਨੇ ਹੀ ਚੰਗਾ, ਕਿਉਂਕਿ ਪਸ਼ੂ ਨੇ ਬਿਲਕੁਲ ਆਪਦੀ ਮਿਆਦ ਅਨੁਸਾਰ ਪੂਰਾ ਬਣਨਾ ਹੁੰਦਾ। ਅਤੇ ਬਣ ਕੇ ਪੂਰਾ ਤਿਆਰ ਪ੍ਰੋਪਰ ਹੋ ਕੇ ਫਿਰ ਪਸ਼ੂ ਸੂਵੇ ਤਾਂ ਫਿਰ ਵੈਲ ਐਂਡ ਗੁੱਡ ਹੁੰਦਾ, ਠੀਕ ਹੈ ਜੀ, ਫਿਰ ਹੀ ਬੈਟਰ। ਬਾਕੀ ਤਾਂ ਪਾਈ ਨੀਰਾ ਇੱਕੋ ਬਿਲਕੁਲ ਇੱਕ ਸਾਲ ਦੇ ਚੌਂਕਾਂ 'ਚ ਲਓ ਜੀ, ਠੀਕ ਆ। ਪੂਰੀ ਵਜਨ ਵਜੂਦ ਵਾਲੀ ਆ ਦੋਸਤੋ, ਹਾਈਟ ਬੇਸ਼ੱਕ ਕੋਈ ਵੀਰ ਮੀਡੀਅਮ ਮੰਨ ਕੇ ਤੁਸੀਂ ਸੌਦਾ ਕਰ ਲਿਓ, ਵਜਨ ਵਜੂਦ ਪੂਰਾ ਹੈਗਾ, ਕੋਈ ਲਿੱਸੀ ਫਿੱਕੀ ਨਹੀਂ ਗੀ, ਜਿੰਨੇ ਵੀ ਆ ਪੂਰੀ ਆ, ਰਾਜੀ ਆ, ਕਿਸੇ ਗੱਲੋਂ ਨਹੀਂ, ਕੋਈ ਸਭ ਹੀ ਆ ਜਿੰਨੀ ਵੀ ਆ।
ਤੇ ਪ੍ਰਭ ਕਿੰਨਾ ਮੁੱਲ ਵੀਰੇ ਅੱਜ ਕੀ ਕਰਦੇ ਦਾ ਲੈਣ ਦੇਣ? ਮੁੱਲ ਕਰਨ ਜੋ ਮਰਜ਼ੀ ਕਰੀ ਜੇ 85 ਦੀ ਝੋਟੀ ਵੇਚਦੀ ਤਿਆਰ ਹੋ ਗਈ। ਹਾਂਜੀ ਸੂਬੇ ਦੀ ਝੋਟੀ ਦੇ 90 ਦੀ ਵੇਚ ਦਈਏ ਆਪਾਂ 70 ਚੋਂ ਆਮਦਨ ਕਰਦੇ। 70 ਚੋਂ? ਹਾਂਜੀ ਹਾਂਜੀ ਠੀਕ ਹੈ, ਰੇਟ ਪੜਤਾ ਵੀ ਚਲੋ। ਹਾਂਜੀ ਹਾਂਜੀ 70 ਜੇ ਦੋ ਛੱਡਦਾ 68 ਦੀ ਦੇ ਦਾਂਗੇ। 60,000 ਦੀ ਉਹ ਝੋਜੋ ਮਾਨਤਾ ਆਏ ਗਏ ਇਹਦਾ। ਠੀਕ ਹੈ ਜੀ। ਹਾਂਜੀ ਹਾਂਜੀ ਲਓ ਜੀ 68,000 ਦੀ ਦੋਸਤੋ ਜਿਹੜੀ ਤੁਹਾਨੂੰ ਇਹ ਝੋਟੀ ਮਿਲ ਜੂਗੀ। ਠੀਕ ਹੈ ਜੀ 68,000 ਦੀ ਝੋਟੀ ਹੋ ਜੀ ਨਾ, ਕੋਈ ਯਾਦਪਾਦ ਵਾਲੀ ਝੋਟੀ ਆ। ਆ ਠੀਕ ਆ ਜੀ। ਹਾਂਜੀ ਹਾਂਜੀ ਤੇ ਬਾਕੀ ਪੂਰੀ ਪ੍ਰੋਪਰ ਤੁਸੀਂ ਦੇਖ ਲਈ ਜਾਣ ਤਸੱਲੀ ਨਾਲ ਮੇਰਾ ਵੀਰ, ਇੱਕ ਵਾਰੀ ਵੀਡੀਓ ਤਸੱਲੀ ਨਾਲ ਦੇਖ ਲਓ, ਦੇਖ ਲਿਆ ਕਰੋ ਜਿਹੜਾ ਕੋਈ ਖਰੀਦਦਾਰ ਵੀਰ ਵੀਡੀਓ ਵੇਖ ਕੇ ਰਹੀ ਨਾ ਫਿਰ ਫੋਨ ਲਾਇਆ ਕਰੋ। ਠੀਕ ਹੈ ਜੀ, ਸੋ ਕਾਹਲੇ ਨਾ ਪਿਆ ਕਰੋ, ਇੱਕ ਵਾਰੀ ਤਸੱਲੀ ਨਾਲ ਪਹਿਲਾਂ ਵੀਡੀਓ ਵੇਖਿਆ ਕਰੋ। ਆ ਕੇ ਭਲਾ ਭੁਲਾ ਪਾਉਂਦੀ ਹੁੰਦੀ ਝੋਟੀ, ਥੋੜੀ ਜਿਹੀ ਨੋਰਮਲ ਭਲਾਂ ਦਿਖਾਈ ਦੇ ਰਹੀਆਂ। ਹਾਂਜੀ ਹਾਂਜੀ ਆਵੇ ਗਾਰਡ ਨੂੰ ਬਹੁਤ ਸੋਹਣੀ ਬਣੀ। ਠੀਕ ਹੈ ਜੀ, ਸੋ ਨੋਰਮਲੀ ਭਲੂਨ ਜਿਹੜੀ ਆ ਦੋਸਤੋ ਤੁਹਾਨੂੰ ਨਜ਼ਰ ਆਊਗੀ। ਠੀਕ ਹੈ ਜੀ, ਥੋੜੀ ਜਿਹੀ ਹਵਾ ਜਿਹੀ ਬੜੀ ਹੈ ਤੇ ਸੱਜੇ ਖੇਤਰਾਂ ਦਿੱਪੀ ਆ। ਠੀਕ ਆ ਵੀਰ। ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਆਪਣੇ ਕੋਲ ਅਗਲਾ ਪਸ਼ੂ ਜਿਹੜਾ ਪ੍ਰਭ, ਇਹ ਮੱਝ, ਇਹ ਤਾਜ਼ੀ ਸੂਈ ਆ? ਆ ਸੂਈ ਮੈਂ ਤਾਜ਼ੀ। ਕਿੰਨੇ ਕੁ ਦਿਨਾਂ ਦੀ ਆ? ਇਹਨੂੰ 17-18 ਦਿਨ ਹੋ ਗਏ ਸੂਈ ਨੂੰ, ਉਹ ਮੇਲ ਇਹਦੇ ਮਗਰ ਮੇਲ ਕੱਟਾ ਹੈ ਮਗਰ। ਹਾਂਜੀ ਹਾਂਜੀ ਤੇ ਆਪ ਇਹ ਸੂਏ ਕਿਨਵੇਂ? ਆਪ ਤੀਜਾ ਸੂਆ ਸੂਈ। ਤੀਜਾ ਸੂਆ? ਹਾਂਜੀ। ਕਿੰਨਾ ਦੁੱਧ ਹੁਣ ਹਾਜ਼ਰ? ਇਹ ਟਾਈਮ ਆਪਣੇ 15 ਕਿਲੋ ਚੋਗੇ ਲਿਆਏ ਆ। ਆ ਤੇ ਪਰਸੋਂ ਦੀ ਆਈ ਆਪਣੇ ਦਾ, ਥੋੜਾ ਜੀ ਜੂ ਨਹੀਂ ਲਾਇਆ, ਦਿਲ ਧਰ ਗਈ ਹੁੰਦੇ। ਇਸ ਟਾਈਮ 13 ਕਿਲੋ ਤਿਆਰ ਹੋਊਗਾ ਜਿਹੜਾ ਆਪਾਂ ਭਰਾ ਮੈਂ ਚਵਾ ਦੇਣਾ। ਵੱਧ ਹੋਊਗਾ ਘੱਟ ਨਾ ਹੋ, 13 ਤੋਂ ਦੋ ਟਾਈਮ ਚੋਗੇ। 13 ਦਾ ਇਹ ਤਾਂ ਨਹੀਂ ਹੁੰਦਾ ਕਿਹਾ, ਕੋਈ 11-12 ਨਿਕਲਦਾ? 11 ਨਿਕਲਦਾ ਫਿਰ ਵੱਧ ਹੋ, 13 ਤੋਂ ਇਹ ਤੋਂ ਘੱਟ ਨਹੀਂ ਹੁੰਦਾ। ਹਾਂ ਠੀਕ ਆ, 14 ਵਜੇ 13 ਤੋਂ 12-700-800 ਗ੍ਰਾਮ ਨਹੀਂ ਹੁੰਦਾ, 13 ਕਿਲੋ ਹੀ ਦੁੱਧ। ਚਾਹੇ ਕੋਈ ਵੀਰ ਆਨਲਾਈਨ ਕਰੇ ਸੌਦਾ, ਚਾਹੇ ਕੋਈ ਘਰੇ ਆ ਜੇ, ਜਿਸ ਤਰ੍ਹਾਂ ਮਰਜ਼ੀ ਕਰ ਲੇ। ਲਓ ਜੀ 13 ਤੋਂ ਵੀਰ ਦੱਸ ਰਿਹਾ ਵੀ ਪਲੱਸ ਦੁੱਧ ਜਿਹੜਾ ਦੋਸਤੋ ਹੁਣ ਮੌਜੂਦ ਆ ਇਸ ਮੱਝ ਦੇ ਕੋਲ, ਤੇ ਸੂਈ ਕੋਈ 16-17-18 ਦਿਨਾਂ ਦੀ ਬਿਲਕੁਲ ਜਿਹੜੀ ਆ ਦੋਸਤੋ ਸੂਈ ਆ। ਠੀਕ ਆ, ਮੇਲ ਕਾਫ ਤੁਹਾਨੂੰ ਦਿਖਾ ਦਾਂਗੇ, ਥਣ ਚੱਡਾ ਤੁਸੀਂ ਦੇਖ ਲਓ, ਆਰਡਰ ਦੀ ਕੁਆਲਿਟੀ ਤੋਂ ਹੀ ਪਤਾ ਲੱਗ ਜੂਗਾ ਨੋਰਮਲੀ ਦੋਸਤੋ ਵੀ ਪਸ਼ੂ ਕਿੰਨਾ ਕੁ ਦੁੱਧ ਹੁਣ ਜਿਹੜਾ ਪਾ ਰਿਹਾ ਹੋਊਗਾ। ਠੀਕ ਆ, ਬਿਲਕੁਲ ਚੌਰਸ ਫਿਕਸ ਜਿਹਾ। ਆ ਲਓ ਜੀ, ਹਾਂਜੀ ਮੋੜ ਦਿਓ ਪ੍ਰਭ, ਬਾਕੀ ਸੋਹਣਾ ਦੋਸਤੋ ਥਣ ਚੱਡਾ, ਸਪੇਸ ਥਣਾਂ ਦੀ ਕਾਫੀ ਸੋਹਣੀ ਆ, ਅਤੇ 13 ਪਲੱਸ ਵੀਰ ਦੁੱਧ ਦੱਸ ਰਿਹਾ, ਪਰ 13 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਲਿਓ। ਠੀਕ ਆ, ਬਾਕੀ ਆ ਤੁਹਾਡੇ ਸਾਹਮਣੇ ਆ ਸਾਰਾ ਕੁਛ, ਥਣ ਚੱਡਾ ਬਹੁਤ ਸੋਹਣਾ ਬਖਾਲਾ, ਬਿਲਕੁਲ ਇੱਕ ਸਾਰ ਸੱਜੇ ਖੱਬੇ ਪਾਸਿਓਂ ਵੇਖੀਏ ਤਾਂ ਇੱਕ ਸਾਰ ਦੋਸਤੋ ਬਿਲਕੁਲ ਬਖਾਲਾ ਹੈ। ਠੀਕ ਆ, ਅਤੇ ਜਿੰਨਾ ਵੀ ਆ ਤਸੱਲੀ ਨਾਲ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਥਣ ਥੋੜ੍ਹਾ ਸਵਾਦੀ ਆ, ਆਹ ਦੇਖੋ। ਠੀਕ ਹੈ ਜੀ, ਪੂਰੀ ਬੰਬੇ ਪਾਸ। ਤੇ ਚਵਾਈ ਕਿੱਦਾਂ ਭਰਾ ਪੈਂਦੀ? ਚਵਾਈ ਐਂ ਓਕੇ, ਬਿਲਕੁਲ ਮੋਟੀ ਧਾਰ, ਨੀਂਦ ਆ ਜੂ ਬੰਦੇ ਨੂੰ, ਐਨ ਪੋਲੀ ਵੀ ਆ। ਹਾਂਜੀ ਹਾਂਜੀ ਐਂ ਰੂਮ ਵਰਗੀ। ਠੀਕ ਹੈ ਜੀ, ਪੋਲੀ ਰੂਮ ਵਰਗੀ ਆ ਤੇ ਬਿਲਕੁਲ ਚਵਾ ਜਿਹੜਾ ਦੋਸਤੋ ਐਨ ਮੋਟੀ ਧਾਰ ਆ, ਉਂਗਲ ਉਂਗਲ ਜਿਹੜੀ ਵੀਰ ਪੈਂਦਾ। ਠੀਕ ਆ, ਤੇ ਬਾਕੀ ਆਹ ਤੁਸੀਂ ਤਸੱਲੀ ਨਾਲ ਦੇਖੋ। ਠੀਕ ਹੈ ਜੀ, ਬੱਚੇ ਬੜੇ ਵਧੀਆ ਪਾਉਂਦੀ ਆਪਦੇ, ਤੇ ਬੱਚੇ ਪਾਉਂਦੀ ਆ। ਜਿੰਨੀ ਕੁ ਇਹਦੀ ਪੂਛ ਚਿੱਟੀ ਉਨੀ ਬੱਚੇ ਦੀ ਚਿੱਟੀ ਆ, ਹੈ ਮੱਥਾ ਮੁੱਥਾ ਸਾਰਾ ਬਲੈਕ ਕੱਟੇ। ਹਾਂਜੀ ਹਾਂਜੀ ਠੀਕ ਹੈ ਜੀ, ਸੋ ਮਗਰ ਮੇਲ ਕਾਫ ਆ। ਠੀਕ ਹੈ ਜੀ, ਅਤੇ ਚਵਾ ਪਸਮਾ ਦੀ ਇੱਕ ਨੰਬਰ ਆ, ਪਰ ਫਿਰ ਵੀ ਕੋਈ ਵੀਰਾਂ ਦੀ ਤਸੱਲੀ ਕਰੇ, ਆਪਾਂ ਵਾਰ ਵਾਰ ਕਹੀਦਾ, ਕਿਉਂਕਿ ਅੱਗੋਂ ਵਪਾਰ ਦਾ ਕੰਮ ਆ, ਚਾਹੇ ਵੀਰ ਪ੍ਰਭ ਦੀ ਗੱਲ ਕਰ ਲਈਏ, ਚਾਹੇ ਹੋਰ ਵਪਾਰੀਆਂ ਵੀਰਾਂ ਦੀ ਗੱਲ ਕਰ ਲਈਏ, ਤਸੱਲੀਆਂ ਆਪਦੇ ਵੱਲੋਂ ਜਿੰਨੀਆਂ ਦੋਸਤੋ ਆਪਦੀ ਸਮਝ ਨਾਲ ਕਰਕੇ ਲੈ ਕੇ ਆਉਂਦੇ ਆ, ਅੱਗੋਂ ਜਿੰਨੇ ਵੀ ਪੈਸੇ ਲਾਉਣੇ ਆ ਆਪਦੀ ਸਮਝ ਨਾਲ, ਜਿੰਨੀ ਤਸੱਲੀ ਹੋ ਸਕਦੀ ਉੰਨੀ ਵੀ ਤੁਸੀਂ ਕਰੋ। ਠੀਕ ਆ, ਔਨਲਾਈਨ ਕੋਈ ਮੰਗਾ ਰਿਹਾ ਤਾਂ ਵੀਡੀਓ ਕਾਲ 'ਤੇ ਤਸੱਲੀ ਕਰ ਲਓ, ਇੱਕ ਟਾਈਮ ਕਰ ਲਓ, ਦੋ ਟਾਈਮ ਕਰ ਲਓ, ਆਹ ਵੇਖੋ। ਠੀਕ ਆ, ਬਿਲਕੁਲ ਖਲੋਣੀ ਖਲਾਣੀ ਤੋਂ ਹੀ ਪਤਾ ਲੱਗ ਜਾਂਦਾ ਪਸ਼ੂ ਦਾ, ਬਾਕੀ ਥਣ ਚੱਡਾ ਵਧੀਆ ਹੈਗਾ। ਦੁੱਧ ਫਿਰ ਦੋਵਾਂ ਚੌਹਾਂ ਦਿਨ 15 ਕਿਲੋ ਕਰ ਜੂਗੀ। ਠੀਕ ਆ ਬਾਈ। ਹਾਂਜੀ ਹਾਂਜੀ, ਤਾਂ ਪ੍ਰਭ ਕੀ ਫਿਰ ਇਹਦਾ ਮੁੱਲ ਵੀ ਰੱਖਿਆ, ਕਿੱਥੋਂ ਕੁ ਤੱਕ ਦੇ ਲਿਆ? ਮੁੱਲ ਕਰਨ ਕੋਈ ਲੱਖ ਕਰੀ ਜਾਂਦੇ ਆ। ਹਾਂਜੀ, ਲੱਖੋਂ ਬਾਹਰ ਵੀ ਕਰੀ ਜਾਂਦੇ ਆ। ਅੱਛਾ ਜੀ, ਮੁੱਲ ਤੇ ਆਪਾਂ 85 ਕਰਦੇ, 80 ਮਾਨਤਨ ਕਰਦਾ, 80 ਚੋਂ ਉਹ ਚੋਂ ਦੋ ਛੱਡਦਾ। ਤਾਂ ਮਿਲ ਮਿਲਾਪ ਬਿਲਕੁਲ ਸਾਊ ਹੈ, ਐਂ ਓਕੇ ਰੂਮ ਵਰਗੀ ਬੋਲੀ ਆ, ਬਾਕੀ ਚਵਾ ਦੀ ਵੀ ਨਹੀਂ ਮਾੜੀ।
ਠੀਕ ਹੈ ਜੀ। ਹਾਂਜੀ ਹਾਂਜੀ, ਅਸੀਂ ਪੈਸੇ ਲਾਏ ਯਾਰ, ਜਿੰਨੇ ਪੈਸੇ ਲਾਉਣੇ ਉਹਦੀ ਪਾਸ ਕਰਕੇ ਖੜੇ। ਬਿਲਕੁਲ, ਹੁਣ ਕੇ ਕਹਿਣ ਨੂੰ ਲੋਕੀ ਕਹੀ ਜਾਂਦੇ, ਕਮੈਂਟਾਂ 'ਚ ਤਾਂ ਕਹੀ ਜਾਂਦੇ, ਕਮੈਂਟ ਤਾਂ ਉਹਨਾਂ ਕਰਨੇ ਜਿਹੜੇ ਰਜਾਈ 'ਚ ਬੈਠੇ ਕਰ ਦਿੰਦੇ। ਬਿਲਕੁਲ ਜੀ, ਹਾਂਜੀ। ਲਓ ਵੀ ਦੋਸਤੋ, ਇੱਕ ਵਾਰੀ ਇੱਥੇ ਆਣ ਕੇ ਤਸੱਲੀ ਕਰ ਲਿਆ ਕਰੋ, ਮੈਂ ਇੱਕ ਵਾਰੀ ਕੱਟਾ ਤੁਹਾਨੂੰ ਦਿਖਾ ਦਾ, ਮੇਲ ਕਾਪ ਥੋੜ੍ਹਾ ਜਿਹਾ ਦੂਰ ਬੰਨਿਆ, ਪਰ ਆਹ ਤਸੱਲੀ ਨਾਲ ਆਪਾਂ ਤੁਹਾਨੂੰ ਦਿਖਾ ਦਈਏ। ਵੇਖੋ, ਕੋਈ 17-18 ਦਿਨਾਂ ਦਾ, 20 ਦਿਨਾਂ, ਕੋਈ 18 ਦਿਨਾਂ ਦਾ ਇੱਥੇ ਆਈਡੀਆ ਤੁਸੀਂ ਮੰਨ ਰਹੇ ਹੋ ਅਤੇ ਪੱਠੇ ਨਹੀਂ ਖਾਂਦਾ ਬੱਚਾ, ਪੂਰਾ ਪਲਿਆ ਦੁੱਧ 'ਤੇ। ਠੀਕ ਹੈ ਜੀ, ਲਓ ਜੀ ਇਹ ਮੇਲ ਕਾਫ ਆ, ਠੀਕ ਹੈ ਜੀ, ਕੱਟਾ ਪੂਰਾ ਬੜਾ ਖੁੱਲ੍ਹਾ, ਬੱਚੇ ਆਪਦੇ ਤਾਂ ਪਾਉਂਦੀ ਸਾਰੀ। ਸੋ ਸੋਹਣਾ, ਬਿਲਕੁਲ ਐਕਟਿਵ ਕੱਟਾ ਪੂਰਾ ਵਿਖਾਉਣ ਦਾ, ਜਿਹਨੇ ਬਰੀਡ ਲਈ ਰੱਖਣਾ ਅਤੇ ਬਿਲਕੁਲ ਪੂਰਾ ਐਕਟਿਵ ਤੰਦਰੁਸਤ ਕੱਟਾ। 80,000 ਦੇ ਵਿੱਚੋਂ ਥੋੜ੍ਹਾ ਬਹੁਤਾ ਵਿੱਚੋਂ ਦੋਸਤੋ, ਕੋਈ ਗੁਜਾਇਸ਼? 2000 ਛੱਡਦਾ, 78 ਦੀ ਦੇਣਾ ਉਹ ਝੋਜੂ ਮਾਨ ਸਰ। 80 ਚੋਂ ਜੀ? ਹਾਂਜੀ ਹਾਂਜੀ, 78 ਦੀ। ਹਾਂਜੀ, ਆਪਾਂ ਨੂੰ ਭਾਣਾ ਮਿਲੀ, ਭਾਣਾ ਹੀ ਦੇ ਦਾਂਗੇ। ਲਓ ਜੀ 78,000 ਦੀ ਦੋਸਤੋ ਜਿਹੜੀ ਇਹ ਲੈ ਦੇ, ਲਾਸਟ ਵੀਰਾਂ ਦਾ ਵੀ ਆਪਾਂ ਹਾਂ ਨਾ ਸਮਝਿਓ, ਠੀਕ ਆ ਵੀ ਯੈਸ ਨੂੰ ਆ, ਅਤੇ ਮੱਝ ਚੰਗੀ ਆ, ਬਾਕੀ ਆਣ ਕੇ ਆਪਦੀ ਨਰਕ ਪਰਕ ਕਰ ਲਿਓ। ਹੈਗੀ ਇੱਕ ਰੰਗ ਕਾਲੀ ਆ, ਪੂਛਤੀ ਜੇ ਥੋੜ੍ਹੀ ਜਿਹੀ, ਚਿੱਟੇ ਵਾਲ ਬਾਕੀ ਸਰ। ਬਸ ਬਸ ਬਸ, ਨਹੀਂ ਚੰਗੀ ਆ, ਸਾਰੀ ਚੰਗੀ ਆ, ਠੀਕ ਆ। ਆਹ ਦੇਖੋ ਜੀ, ਠੀਕ ਆ। ਸੋ ਇਸ ਤੋਂ ਬਾਅਦ ਦੋਸਤੋ ਦੋ ਬੈੜਾਂ ਤੁਹਾਨੂੰ ਦਿਖਾਉਣੀਆਂ ਨੇ, ਅਤੇ ਵੈਸੇ ਤਾਜ਼ੀਆਂ ਸੂਈਆਂ ਨੇ ਪ੍ਰਾਪਤ ਦੋਵੇਂ। ਹਾਂਜੀ, ਆਹ ਬੈੜ ਸੂਈ ਆ 5-7 ਦਿਨਾਂ ਦੀ। ਹਾਂਜੀ ਹਾਂਜੀ, ਇਹਦੇ ਟਾਈਮ ਥੱਲੇ ਇਸ ਟਾਈਮ 11-12 ਕਿਲੋ ਹੋਊਗਾ, ਦੁੱਧ ਮੰਨ ਲਏ ਕਿ ਬਾਹਲਾ ਮੰਨ ਲਏ। ਆਹ ਬਲੈਕ ਜਿਹੜੀ? ਹਾਂ, ਪਹਿਲਣ ਵਾ ਇਹ, ਪਹਿਲਣ ਮੱਛੀ? ਹਾਂਜੀ ਹਾਂਜੀ। ਲਓ ਜੀ 6-7 ਦਿਨਾਂ ਦੀ ਸੂਈ ਹੈ, ਮਗਰ ਬੱਚਾ ਨਹੀਂ, ਫੀਮੇਲ ਇਹਦੇ ਮਗਰ, ਫੀਮੇਲ ਆ, ਮਗਰ ਵੀ ਬੱਚੀ ਹੈ, ਆਪ ਵੀ ਬੱਚੀ ਹੈ। ਹਾਂਜੀ, ਪਹਿਲਣ ਆਪ ਸੂਈ ਆ, ਫਸਟ ਟਾਈਮਰ ਆ, ਅਤੇ 6-7 ਦਿਨਾਂ ਦੀ ਸੂਈ ਆ, ਅਤੇ ਮਗਰ ਮੇਲ, ਸੋਰੀ ਫੀਮੇਲ ਕਾਫ ਆ, ਠੀਕ ਆ ਜੀ, ਮਗਰ ਬੱਚੀ ਆ, ਠੀਕ ਆ, ਬੱਚੀ ਵੀ ਬਿਲਕੁਲ ਖੜੀ ਆ, ਆਪਦੇ ਉੱਪਰ ਹੀ ਬੱਚੀ ਆ, ਅਤੇ ਪੂਰਾ ਜਿਹੜਾ ਦੋਸਤੋ ਬਾਡੀ ਬਣਤਰ, ਪੂਰਾ ਸਟਰਕਚਰ ਇਸ ਬੈਡ ਦਾ ਤੁਸੀਂ ਆ ਦੇਖ ਲਓ, ਆਰਡਰ ਬਿਲਕੁਲ ਕਸਮੇ ਲੇਵੇ ਦੀ ਆ, ਫਿਕਸ ਜੀ ਆਰਡਰ ਆ, ਲੇਬਟੀ ਜਿਹੜੀ ਆ ਦੋਸਤੋ ਫਿਕਸ ਜੀ ਆ, ਇਹਦੇ 10 ਉਗੇ ਚੁੜੀਏ ਚੱਡਾ ਇਹੋ ਜਿਹਾ ਰਹਿਣਾ। ਹਾਂ ਬਿਲਕੁਲ, ਅਤੇ ਹਾਈਟ ਵੀ ਸੋਹਣੀ ਆ, ਹਾਈਟ ਨਾ ਬਾਹਲੀ ਵੱਡੀ ਅਤੇ ਨਾ ਹੀ ਦਰਮਿਆਨੀ ਆ, ਮੀਡੀਅਮ ਜੀ ਹਾਈਟ ਆ, ਵਿੱਚ ਵਿਚਾਲੇ ਲਾਉ 42 ਬੈਡ ਪੂਰੇ। ਅਤੇ ਭਰਾ ਹੁਣ ਦੁੱਧ ਆਪਾਂ ਕਿੰਨਾ ਚਵਾਉਣਾ ਜੇ ਥੱਲਿਓ? ਇਹ ਟਾਈਮ 11 ਕਿਲੋ ਤਿਆਰ ਹੋਊਗਾ, 10 ਦੀ ਗਰੰਟੀ ਭਾਵੇਂ ਆਨਲਾਈਨ ਮੰਗਾਲੇ ਕੇ। ਠੀਕ ਆ ਜੀ, ਹਾਂਜੀ ਹਾਂਜੀ। ਸੋ 11 ਕਿਲੋ ਦੋਸਤੋ ਦੁੱਧ ਬਿਲਕੁਲ ਹਾਜ਼ਰ ਆ, ਬੱਚੇ 'ਤੇ ਲੈ ਜਾਓ, 11 ਕਿਲੋ ਦੁੱਧ ਹਾਜ਼ਰ ਆ, ਬਿਲਕੁਲ ਬੱਚਾ, ਮਗਰ ਫੀਮੇਲ ਕਾਫ ਆ, ਕ੍ਰਾਸ ਪੌਂਡ ਦੇ ਵਿੱਚ ਮਗਰ ਵੱਛੀ ਆ, ਬਾਕੀ ਥਣ ਥੁਣ ਪੂਰਾ ਮੁੱਠੀ ਹੈ, ਪੂਰਾ ਪੂਰਾ ਠੰਡੀ ਧੀਰੀ, ਬਹੁਤ ਠੰਡੀ ਧੀਰੀ ਆ, ਸੀਲ ਸਾਊ ਆ, ਸਾਰੇ ਡੰਗਰਾਂ ਥੱਲੇ ਭਾਵੇਂ ਜੀ ਬਹਿ ਜਾਓ, ਵੰਗਾ ਵੰਗਾ ਪਾਉਣ ਦੀ ਲੋੜ ਹੀ ਨਹੀਂ, ਵੰਗਾ ਪਾਲੋ ਭਾਵੇਂ ਨਾ ਪਾਓ। ਠੀਕ ਆ ਜੀ, ਹਾਂਜੀ, ਵੰਗਾ ਵੀ ਜ਼ਰੂਰੀ ਹੈ। ਲਓ ਜੀ ਵੱਛੀ ਵਿਖਾ ਦਿਓ, ਬੱਚਾ ਆਹ ਫੀਮੇਲ ਕਾਫ ਵੇਖੋ ਜੀ, ਆਹ ਵੱਛੀ ਆ, ਠੀਕ ਆ। ਸੋ 6-7 ਦਿਨਾਂ ਦੀ, ਇੱਕ ਹਫ਼ਤੇ ਦੇ ਬਿਲਕੁਲ ਅੰਦਰ ਬਾਹਰ ਜਿਹੜਾ ਸਮਾਂ ਹੋਇਆ ਹੋਊਗਾ ਵੈਸੇ ਸੂਈ ਨੂੰ, ਅਤੇ 11 ਕਿਲੋ ਦੁੱਧ ਹੁਣ ਬਿਲਕੁਲ ਚੱਲ ਰਹੀ ਹੈ, ਠੀਕ ਆ। ਕੋਈ ਵੀਰ ਆਪਦੀ ਤਸੱਲੀ ਕਰਿਓ, ਆਣ ਕੇ ਚਵਾਈ ਕਰਕੇ, ਦੋ ਟਾਈਮ ਚੋਲੋ, ਇੱਕ ਟਾਈਮ ਚੋਲੋ, ਠੀਕ ਆ। ਥਣ ਥੁਣ ਪੂਰਾ ਪਕੜਾ ਲਾ, ਹੱਥੀ ਪਕੜਾ ਲਾ, ਪੂਰਾ ਥਣ, ਮੁੱਠੀ ਦੀ ਚਵਾਈ ਪੂਰੀ ਹੁੰਦਾ। ਬਿਲਕੁਲ ਠੰਡੀ ਧੀਰੀ ਆ, ਸੀਲ ਸਲੱਗ ਪੂਰੀ ਆ, ਠੀਕ ਆ। ਅਤੇ ਕਿੰਨਾ ਭਰਾਵਾ ਇਹਦਾ ਮੁੱਲ ਫਿਰ ਕਿੱਥੋਂ ਤੱਕ ਦੇ ਦੇਣੀ ਆ? ਮੁੱਲ ਕਰਨ ਜੋ ਮਰਜ਼ੀ ਕਰੇ ਜੀ, 45-47 ਜੋ ਮਰਜ਼ੀ ਕਰਾ ਲਏ, 40,000 ਦੀ ਮਾਨਤਾ ਨਹੀਂ ਹੋਣਾ, ਛੋੜ ਛਾੜ ਹੀ ਹੋਣੀ ਥੋੜ੍ਹੀ ਬਹੁਤ, 40 ਚੋਂ? ਹਾਂਜੀ ਹਾਂਜੀ, ਠੀਕ ਆ। ਕਿੰਨੀ ਕੁ ਛੋੜ ਛਾਪਾਂ ਕਰ ਦਾਂਗੇ? ਬਾਕੀ ਖੁੱਲ੍ਹਾ ਮਾਨਦਾਨ ਕਰ ਦਾਂਗੇ, ਖੁੱਲ੍ਹਾ ਜੀ। ਹਾਂਜੀ ਹਾਂਜੀ, ਕੋਈ ਭੈਣ ਭਰਾ ਕਰੇ ਫੋਨ ਤਾਂ ਮਾਨਤਾਨ ਵਾਲੇ ਪਾਸੇ ਢੇਲਣਾ? ਹਾਂਜੀ ਹਾਂਜੀ, ਗੁੱਸੇ ਨਹੀਂ ਹੋਣ ਦਿੰਦੇ, ਖੁਸ਼ ਕਰਕੇ ਤੋਰਾਂਗੇ। ਲਓ ਜੀ 40,000 ਦੇ ਵਿੱਚੋਂ ਵੀ ਦੋਸਤੋ ਜਿਹੜਾ ਛੋੜ ਛੱਪਾ ਹੋ ਜਾਊਗਾ, ਠੀਕ ਆ। ਤੁਹਾਨੂੰ ਪਤਾ ਥੋੜ੍ਹਾ ਬਾਜ਼ਾਰ ਮੰਦਾ ਮੁੰਦਾ ਚੱਲ ਜਾਂਦਾ, ਤਾਂ ਕਰਕੇ ਨਹੀਂ ਤਾਂ ਇਹੋ ਜਿਹੀਆਂ ਮੈਡਮ 50-50 ਹਜ਼ਾਰ ਦੀਆਂ ਵੇਚੀਆਂ। ਹਾਂਜੀ ਹਾਂਜੀ, ਬਿਲਕੁਲ ਜੀ, ਜਿਹੋ ਜਿਹਾ ਸਮਾਂ ਸੀਜ਼ਨ ਵੇਖਣਾ ਪੈਂਦਾ। ਹਾਂਜੀ, ਅਤੇ 40 'ਚੋਂ ਮਾਨਤਾਨ ਹੋ ਜਾਊਗਾ, ਮਗਰ ਬੱਚੀ ਆ ਦੋਸਤੋ, ਕੋਈ ਸ਼ੌਂਕ ਨਾਲ ਵੀਰ ਸਾਂਭ ਲਊਗਾ, ਠੀਕ ਆ। ਬਾਕੀ
ਪਹਿਲਣ ਵਾ ਉਹੋ ਜਿਹੀ ਨਹੀਂ ਗੱਲ ਕੋਈ ਦੱਸੂਗੀ ਝੋਣ ਵਾਲੀ ਬਿਲਕੁਲ ਬਿਲਕੁਲ ਪਹਿਲਣ ਆ ਨਿੱਗਰ ਆ ਚਲੋ ਹਾਂਜੀ ਅੱਗੇ ਕੋਈ ਖੇ ਵੀਰ ਨੇ ਹੋਰ ਚੰਗਾ ਸੋਹਣਾ ਹੱਥ ਉੱਤੋਂ ਮਾਰ ਲਿਆ ਤੇ ਬਿਲਕੁਲ ਭਰ ਗਈ ਹੋਰ ਭਰ ਜਾਣਾ ਬੈਠ ਦੇ ਦੁੱਧ ਜ਼ਿਆਦਾ ਨਹੀਂ ਤੇ 13-14 ਇੱਥੇ ਕਦੇ ਚਵਾਈ ਜੋ 2 ਕਿਲੋ ਹੋਰ ਵੱਢ ਜੂ ਜ਼ਿਆਦਾ ਨਹੀਂ ਐਵੇਂ ਆਖੀ ਜੀ ਜ਼ਿਆਦਾ ਤੁਹਾਨੂੰ ਵੇਖੋ ਜੀ ਆਪਾਂ ਹੁਣ ਆਪਾਂ ਤਾਂ ਅੱਜ ਚਵਾ ਕੇ ਕਿਸੇ ਵੀਰ ਨੂੰ 11 ਦੇਤਾ ਹਾਂਜੀ ਅੱਗੇ ਉਹ ਆਪਦੀ ਚੰਗੀ ਸੇਵਾ ਤਾਂ 12 ਕਰ ਲਏ 14 ਕਰ ਲਏ 15 ਵੀ ਕਰ ਸਕਦੀ ਜੇ ਸਾਹਮਣੇ ਹੋਊਗੀ ਤੇ ਨਹੀਂ ਤੇ 8 ਵੀ ਰਹਿ ਸਕਦਾ ਬਿਲਕੁਲ ਜੀ ਬਿਲਕੁਲ ਕੁਛ ਵੀ ਆ ਤੇ ਅਗਲੀ ਆਪਣੇ ਕੋਲ ਆ ਗਈ ਜਰਸੀ ਆਹ ਗਿਫਟ ਹੀ ਆ ਇਹ ਗਿਫਟ ਹਾਂਜੀ ਹਾਂਜੀ ਅੱਛਾ ਜੀ ਤੇ ਅਗਲੀ ਬੈਟ ਜਿਹੜੀ ਦੋਸਤੋ ਜਰਸੀ ਬਰੀਡ ਦੇ ਵਿੱਚ ਆ ਇਹ ਇਹਨੂੰ ਸੂਈ ਨੂੰ ਕਿੰਨੇ ਕੁ ਦਿਨ ਹੋ ਗਏ ਇਹਨੂੰ ਸੂਈ ਨੂੰ 25 ਕੁ ਦਿਨ ਹੋ ਗਏ ਮਗਰ ਇਹਦੇ ਮਗਰੇ ਬੱਚੀ ਆ ਲਓ ਜੀ ਮਗਰ ਇਹਦੇ ਵੀ ਬੱਚੀ ਆ ਫੀਮੇਲ ਕਾਫ ਆ ਜਰਸੀ ਦੇ ਥੱਲੇ ਬੱਚਾ ਵੀ ਇਹਨੂੰ ਦਿਨ ਕਿੰਨੇ ਕੁ ਹੋ ਗਏ ਭਰਾ ਆਹ ਬੱਚਾ ਬੈਠਾ 25 ਦਿਨ ਹੋ ਗਏ ਸੂਈ 25 ਦਿਨ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਠੀਕ ਆ 25 ਦਿਨਾਂ ਦੀ ਸੂਈ ਆ ਸੂਬਾ ਦੂਜਾ ਕੋਈ ਵੀਰ ਮੰਨ ਲਏ ਠੀਕ ਆ ਜੀ ਅੱਗੇ ਤੁਹਾਡੀ ਸਮਝ ਆ ਦੂਜਾ ਸੂਬਾ ਮੰਨ ਕੇ ਸੌਦਾ ਕਰ ਲਿਓ ਹਾਈਟ ਮੀਡੀਅਮ ਜੀ ਆ ਠੀਕ ਆ ਜੀ ਹਾਈਟ ਮੀਡੀਅਮ ਜਿੱਦਾਂ ਆਪਾਂ ਨੋਰਮਲੀ ਜਰਸੀ ਬੈਣਾ ਦੇਖਦੇ ਹਾਂ ਰੰਗ ਲਾਈਟ ਬਰਾਊਨ ਕਲਰ ਬਰਾਊਨ ਅਤੇ ਬਿਲਕੁਲ ਵਾਈਟ ਦਾ ਕੰਬੀਨੇਸ਼ਨ ਜਿਹਾ ਲਾਈਟ ਆਹ ਦੇਖੋ ਜੀ ਬਾਕੀ ਸੀਲਸ ਅਲੱਗ ਰਸਾ ਛੱਡ ਕੇ ਲੰਬਾ ਥਣ ਆਹ ਦੇਖੋ ਇਹਨੇ ਬਰੀਡ 'ਤੇ ਕੰਮ ਕਰਨਾ ਯਾਦ ਪੂਰੀ ਬੱਚੇ ਆਪਦੇ 'ਤੇ ਪਾਉਂਦੀ ਆ ਉਹ ਬੱਚੀ ਦਿੱਤੀ ਠੀਕ ਹੈ ਪੂਰੀ ਯਾਦ ਦੀ ਦਿੱਤੀ ਵੱਛੀ ਵੱਛੀ 'ਤੇ ਲੈ ਜਾਓ ਮਗਰ ਵੱਛੀ ਵੀ ਮੈਨੂੰ ਤਾਂ ਜਰਸੀ ਆ ਹਾਂਜੀ ਹਾਂਜੀ ਆਵੇ ਲਓ ਜੀ ਠੀਕ ਹੈ ਜੀ ਮਗਰ ਜਰਸੀ ਬਰੀਡ ਦੇ ਵਿੱਚ ਵੱਛੀ ਆ ਫੀਮੇਲ ਕਾਫ ਠੀਕ ਆ ਜੀ ਛੋਟਾ ਜਿਹਾ ਕੰਨ ਆ ਬਿਲਕੁਲ ਜਰਸੀ ਦਾ ਵੀ ਆਹ ਦੇਖੋ ਤੇ ਪ੍ਰਭ ਹੁਣ ਦੁੱਧ ਦੇ ਥੱਲੇ ਕਿੰਨਾ ਵਾ 25-27 ਦਿਨਾਂ ਦੀ ਸੂਈ ਥੱਲੇ ਇਹਦੇ ਥੱਲੇ ਸਾਂਭ ਕਰਨ ਵਾਲੀ 4 ਕੁ ਦਿਨ ਦੁੱਧ 7 ਕਿਲੋ ਹੋਊਗਾ ਹਾਂਜੀ ਹਾਂਜੀ 7 ਕਿਲੋ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਠੰਡੀ ਧੀਰੀ ਬਹੁਤ ਵਾ ਲਓ ਜੀ ਲਓ ਜੀ 7 ਕਿਲੋ ਦੁੱਧ ਦਾ ਦੋਸਤੋ ਮੰਨ ਕੇ ਕੋਈ ਵੀਰ ਸੌਦਾ ਕਰ ਲਏ ਸੌਦਾ ਇਹ ਜਿਹਨੇ ਆਨਲਾਈਨ ਮੰਗਾਉਣੀ 6 ਕਿਲੋ ਦੀ ਗਰੰਟੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਆਨਲਾਈਨ ਕੋਈ ਵੀਰ ਸੌਦਾ ਕਰ ਰਿਹਾ ਤੇ 6 ਕਿਲੋ ਜਿੰਨੇ ਜੋਗੀ ਹੈਗੀ ਉਹਨਾਂ ਦੇਈ ਜਾਂਦੀ ਹੈ ਮੰਨ ਕੇ ਸੌਦਾ ਕੀਤਾ ਜਾਵੇ ਹੈ ਮੈਂ ਜਿੰਨੇ ਜੋਗੀ ਹੈਗੀ ਉਹਨਾਂ ਦੇਈ ਜਾਂਦੀ ਹੈ ਬਿਲਕੁਲ ਜੀ ਚੰਗਾ ਸੋਹਣਾ ਚਾਹ ਪਾਣੀ ਚੱਲਦਾ ਰਹੂ ਹਾਂਜੀ ਹਾਂਜੀ ਤੇ ਮਗਰ ਬੱਚੀ ਆ ਕਿਲੋ ਖੰਡ ਘਰੇ ਹੀ ਚੱਲ ਜਾਓ ਰੱਖ ਲਓ 2 ਕਿਲੋ ਡੇਅਰੀ ਦੀ ਚੱਲ ਜਾਓ ਬਿਲਕੁਲ ਜੀ ਬਿਲਕੁਲ ਤੇ ਘੱਟੋ ਘੱਟ ਆਪਦਾ ਖਰਚਾ ਪਾਣੀ ਵੀ ਨਾਲ ਚਲਾਈ ਜਾਊਗੀ ਹਾਂਜੀ ਬਾਕੀ ਤੇ ਇਹ ਤਾਂ ਪ੍ਰਭ ਮੁੱਲ ਕੀ ਰਹੂਗਾ ਫਿਰ ਲੈਣ ਦੇਣ ਮੁੱਲ ਕਰਨ ਨੂੰ ਭਾਵੇਂ 25 ਵੀ ਕਰੀ ਜਾਈਏ ਹਾਂ 22,000 ਦੀ ਦੇ ਦਾਂਗੇ 22 ਦੀ ਪੂਰੇ 20 ਦੇ ਦਾਂਗੇ ਛੋਟ ਛਾਟ ਕਰ ਦਾਂਗੇ ਹਾਂਜੀ ਲਓ ਜੀ ਵੀਰਾਂ ਦਾ 20,000 ਦੀ ਦੇ ਦਾਂਗੇ ਛੋਟ ਛਾਪਾ ਕਰ ਦਾਂਗੇ ਤੁਹਾਨੂੰ ਪਰਾ ਸਿਆਲ ਗਾਵਾਂ ਦਾ ਹੀ ਹੈ ਗਾੜੀ ਬਿਲਕੁਲ ਜੀ ਬਿਲਕੁਲ ਤੇ ਮੁੱਠੀਦਾਰ ਆ ਪੂਰਾ ਥਣ ਵੀ ਮੁੱਠੀਦਾਰ ਆ ਤੇ ਚਾਰੇ ਥਣ ਪੂਰੇ ਵਰਦੇ ਪੁਰਦੇ ਆ ਪੂਰੇ ਓਕੇ ਆ ਠੀਕ ਆ ਜੀ ਬੱਚੀ ਪਾਲ ਲੂਗੇ ਤੇ ਗਾਂ ਫ੍ਰੀ ਹੋ ਜਾਣੀ ਲਓ ਵੀ ਦੋਸਤੋ ਵਾਧੇ ਬੰਦੀ ਇਹ ਵੀ ਹੈ ਮਗਰ ਵੱਛੀ ਆ ਫੀਮੇਲ ਕਾਫ ਆ ਸੋ ਬਹੁਤੇ ਭਰਾ ਜਿਹੜੇ ਇੱਕ ਮਗਰ ਡਿਸਾਈਡ ਕਰਦੇ ਆ ਬੱਚਾ ਵੇਖ ਕੇ ਜੇ ਬੱਚਾ ਫੀਮੇਲ ਕਾਫ ਆ ਚੰਗੀ ਬਰੀਡ ਦੀ ਆ ਅਤੇ ਲੈਣ ਦੇ ਵਿੱਚ ਘੋਲ ਨਹੀਂ ਕਰਦੇ ਕਿ ਠੀਕ ਆ ਜੀ ਪਸ਼ੂ ਲੈਣਾ ਹਰ ਇੱਕ ਨੇ ਹੁੰਦਾ ਥੋੜ੍ਹੀ ਫਿੱਕੀ ਫਿੱਕੀ ਬਾਕੀ ਯਾਦ ਪਾ ਲੈਣੋ ਨਹੀਂ ਮਾੜੀ ਬਿਲਕੁਲ ਜੀ ਬਿਲਕੁਲ ਚਲੋ ਤੁਹਾਡਾ ਵੀ ਕੰਮ ਨੋਰਮਲੀ ਇੱਕ ਵਪਾਰ ਦਾ ਹੀ ਹੈ ਚਲੋ ਹਾਂਜੀ ਹਾਂਜੀ ਪਸ਼ੂ ਪੂਰਾ ਟਿਕਾ ਕੇ ਜਿਹਨੇ ਸੇਵਾ ਕੀਤੀ ਤੇ ਹੋ ਜੂਗੀ ਰਾਜੀ ਵੀ ਹਾਂਜੀ ਹਾਂਜੀ ਅਤੇ ਬਾਕੀ ਹੁਣ ਮੌਜੂਦਾ ਟਾਈਮ ਦੋਸਤੋ ਜਿੰਨਾ ਕੁਛ ਹੈਗਾ ਥੱਲੇ ਉਹ ਪ੍ਰੋਪਰ ਤੁਹਾਨੂੰ ਦੱਸਿਆ ਗਿਆ ਠੀਕ ਆ ਅੱਗੇ ਤੁਹਾਡੀ ਬਿਲਕੁਲ ਐਫਰਟ ਆ ਤੁਹਾਡੀ ਪਹੁੰਚ ਆ ਤੁਹਾਡਾ ਜਿੰਨਾ ਵੀ ਦੋਸਤੋ ਸੇਵਾ ਜਿਨ੍ਹਾਂ ਨੇ 60-65 ਗਾਵਾਂ ਦੇ ਲਾਉਣਾ ਉਹ ਵੀ ਹੈਗੇ ਆ ਜਿਨ੍ਹਾਂ 20-22,000-15 ਲਾਉਣਾ ਉਹ ਵੀ ਹੈਗੇ ਆ ਨਹੀਂ ਜੀ ਹਰ ਇੱਕ ਤਰ੍ਹਾਂ ਦਾ ਗਾਹਕ ਭਾਵੇਂ ਹੈਗਾ ਜਿੰਨਾ ਥੋੜੇ ਪੈਸੇ 'ਚ ਵੀ ਸਾਰਨਾ ਹਾਂਜੀ ਹਾਂਜੀ ਤੇ ਅੱਜ 20,000 ਦੀ ਹਾਂਜੀ 20,000 ਜੋ ਜੀ ਮੰਨਦਾ ਠੀਕ ਹੈ ਜੀ ਲਓ ਵੀ ਦੋਸਤੋ ਇਹ 4 ਪਸ਼ੂ ਸੀ ਅੱਜ ਬਾਈ ਪ੍ਰਭ ਦੇ ਕੋਲ ਚਾਰੇ ਪਸ਼ੂ ਤੁਹਾਨੂੰ ਦਿਖਾਤੇ ਆ ਤਸੱਲੀ ਬਖਸ਼ ਨੇ ਕੋਈ ਵੀਰ ਆਪਦੀ
ਤਸੱਲੀ ਆ, ਤੁਸੀਂ ਵੀ ਘਰ ਆਣ ਕੇ ਕਰ ਲਿਓ, ਦੋ ਟਾਈਮ ਚੋਲਿਓ, ਚਾਰ ਟਾਈਮ ਚੋਲਿਓ। ਆਹ ਝੋਟੀ ਬੜੀ ਚੰਗੀ ਆ, ਝੋਟੀ ਚੰਗੀ ਆ, ਹਾਂ ਰਵੇ ਦੀ ਆ, ਰੇਟ ਬੜਾ ਸਮੱਦਰ ਜਿਹਾ ਰੇਟ ਆ, ਜੈਜ਼ ਜਿਹਾ ਰੇਟ। ਹਾਂਜੀ ਹਾਂਜੀ, ਤੇ ਬਾਕੀ ਪਸ਼ੂ ਲੋਕੀ ਵਿੱਚ ਇਹਨੂੰ 75 ਦੀਆਂ ਵੇਚੀ ਜਾਂਦੇ ਇਹੋ ਜਿਹੀਆਂ। ਆਪਾਂ 68 ਦੀ ਦੇ ਦਾਂਗੇ। ਬਿਲਕੁਲ ਜੀ, ਹਾਂਜੀ ਹਾਂਜੀ, ਤੇ ਇਹ 68,000 ਦੀ ਸੀ ਨਾ? ਹਾਂਜੀ ਹਾਂਜੀ, ਠੀਕ ਹੈ। ਦੁੱਧ 12-13 ਕਿਲੋ ਚ ਵਾਜੂਗੀ, 10 ਕਿਲੋ ਤੇ ਪਹਿਲਾਂ ਨੇ ਚੋਇਆ ਚੋਇਆ ਪੱਕਾ। ਬਿਲਕੁਲ ਹਾਂਜੀ, ਤੇ ਪ੍ਰਭ ਨੰਬਰ ਬੋਲ ਦਈਏ ਫਿਰ। ਫੋਨ ਨੰਬਰ 8987-7268, ਪਿੰਡ ਸਰਾਲੀ ਮੰਡ, ਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ। ਠੀਕ ਹੈ ਜੀ, ਹਾਂਜੀ ਹਾਂਜੀ। ਲਓ ਵੀ ਦੋਸਤੋ, ਇਹ ਮੇਰੇ ਨਾਲ ਸਨ ਵੀਰ ਪ੍ਰਭ, ਅਤੇ ਖਾਸ ਵੀਜ਼ਟ ਤੁਸੀਂ ਪਿੰਡ ਸਰਾਲੀ ਮੰਡ ਕਰ ਲਿਓ। ਜਿੰਨੇ ਪਸ਼ੂ ਦਿਖਾਏ ਗਏ ਆ ਨੰਬਰ ਸਕਰੀਨ ਦੇ ਉੱਤੇ ਚੱਲਦੇ ਰਹਿਣਗੇ, ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਜੇ। ਮਿਲਦੇ ਹਾਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।